ਨਵੇਂ ਵਲੌਗ ਦੇ ਵਿੱਚ ਬਹੁਤ ਸਵਾਗਤ ਹੈ। ਤੇ ਉੱਠ ਚੁੱਕੇ ਆ ਜੀ, ਗੁੱਡ ਮਾਰਨਿੰਗ ਹੈ। ਤੇ ਆਦਰ ਸਰ ਰੈਡੀ ਨਹੀਂ ਹੋਏ, ਸਕੂਲ ਦਾ ਟਾਈਮ ਹੋ ਗਿਆ। ਰੈਡੀ ਹੈ ਪਾਚਮੀ? ਕੀ ਬਣਿਆ? ਗੋਭੀ ਵਾਲੀ ਪਰੌਠੀ? ਵਾਹ ਜੀ ਵਾਹ। ਚੱਲ ਪੋ, ਕੀ ਕਰਦੇ ਮੈਂ? ਪੂਜਾ ਕਰ ਰਹੇ ਸੀ? ਪੂਜਾ ਪੂਜਾ, ਅੱਛਾ ਚਲੀਸਾ ਬਾ, ਚਲੀਸਾ। ਚਲੋ ਫਿਰ ਹੋ ਗਿਆ ਟਾਈਮ, ਪਾਲੋ ਪਾਲੋ ਸਰ, ਬੂਟ ਪਾਲੋ। ਲੈਣ ਤੇ ਕਾਫੀ ਆਪਣੀ ਗੱਡੀ ਖੜੀ ਹੈ, ਇਹ ਵੀ ਕੱਢਦੇ ਹਾਂ ਕਿਸੇ ਦਿਨ। ਲਓ ਜੀ ਬਾਹਰ ਗੱਡੀ ਹੈ, ਸਰੀ ਸਰ ਹੋ ਗਿਆ ਜੀ, ਰੈਡੀ ਰੈਡੀ ਸਰ। ਖੋਲੋ ਖੋਲੋ ਦਰਵਾਜ਼ਾ, ਖੋਲੋ ਸਹੀ ਤਰੀਕੇ ਨਾਲ। ਲਓ ਜੀ ਲਓ, ਇਹ ਲਓ ਜੀ ਸਾਹਮਣੇ ਹੈਗਾ ਫੰਕਸ਼ਨ, ਕਿਸ ਰਿਕਾਰਡਿੰਗ ਆ, ਬਣੇ ਰਹੋ ਬਲੌਗ 'ਚ, ਉਹ ਦੱਸਦੇ ਹਾਂ। ਜੇ ਗਏ ਤਾਂ ਤੁਹਾਨੂੰ ਫੰਕਸ਼ਨ ਵੀ ਦਿਖਾਉਂਦੇ ਹਾਂ ਇਸ ਬਲੌਗ ਦੇ ਵਿੱਚ। ਨਹੀਂ ਜਾ ਰਹੇ ਹਾਂ, ਚਲੋ ਓਕੇ ਸਰ, ਬੈਠ ਗਏ, ਓਕੇ ਰਿਪੋਰਟ। ਚਲੋ ਫਿਰ ਚਲੀਏ। ਚਲੋ ਬੱਚੇ ਨੂੰ ਸਕੂਲ ਤੋਂ ਛੱਡ ਕੇ ਆ ਗਏ ਹਾਂ, ਠੀਕ ਹੈ। ਇੱਧਰ ਬਣਦੀਆਂ ਪਰੌਠੀਆਂ, ਤੁਹਾਨੂੰ ਦੱਸਿਆ ਬਣਦੀ ਹੈ, ਦਿਖਾਉਣ ਦਾ ਫਾਇਦਾ ਨਹੀਂ, ਆਪਾਂ ਵੀ ਕਿਹੜਾ ਖਾਣੀ ਹੈ। ਅਤੇ ਗੋਭੀ ਵਾਲੀ ਬਸ ਖਤਮ, ਉਨੀ ਬੰਨੀ? ਅੱਛਾ ਇੱਕ ਬੰਨੀ, ਠੀਕ ਹੈ। ਲਓ ਜੀ ਹੁਣ ਜੇ ਕਹਿੰਦੇ ਫੁਲਕੇ ਖਾਣੇ ਆ ਤਾਂ ਕੰਮ ਕਰੋ ਘਰ, ਜੇ ਰੋਟੀ ਖਾਣੀ, ਰੋਟੀ ਅਸੀਂ ਖਾਈ ਵੀ ਨਹੀਂ, ਤੁਹਾਨੂੰ ਪਤਾ ਹੀ ਹੈ, ਫਿਰ ਵੀ ਕੰਮ ਕਰਨਾ ਚਾਹੀਦਾ ਹੈ। ਕਈ ਕੰਮ ਇੱਦਾਂ ਦੇ ਆ ਜਿਹੜੇ ਮੈਂ ਬਲੌਗਿੰਗ ਦੇ ਥਰੂ ਕਰਨੇ ਸ਼ੁਰੂ ਕੀਤੇ, ਨਹੀਂ ਤਾਂ ਮੈਂ ਕਰਦਾ ਘੱਟ ਹੀ ਸੀ। ਸਹੀ ਪਾਇਆ, ਸਹੀ ਪਾਇਆ, ਸਹੀ ਪਾਇਆ ਨਾ, ਫੋਨ ਨੀ ਦਿਆ, ਅਬ ਚੈੱਕ ਕਰੋ ਆ ਕੀ ਹੈ। ਬਸ ਠੀਕ ਹੈ, ਚਲੋ ਚਲੀਏ ਹੁਣ ਜਨਮ ਦਿਨ ਤੇ, ਫਿਰ ਤੁਹਾਨੂੰ ਦਿਖਾਉਂਦੇ ਆ ਉੱਥੇ ਜਨਮ ਦਿਨ। ਲਓ ਜੀ, ਜਿੱਦਾਂ ਨਾ ਜਨਮ ਅਸ਼ਟਮੀ ਦੇ ਉੱਤੇ ਜਿੰਨੇ ਖਿਡੌਣੇ ਹੁੰਦੇ ਆ ਸਾਰੇ ਬੱਚਿਆਂ ਨੂੰ ਦਿੱਤੇ ਜਾਂਦੇ ਆ, ਉਸੀ ਤਰ੍ਹਾਂ ਭਾਜੀ ਔਰ ਭਾਬੀ ਸ਼੍ਰੀ ਦੋਨੋਂ ਜਣੇ ਨਾ ਜਿੰਨੇ ਬੱਚੇ ਆਏ ਹੋਏ ਆ ਸਾਰਿਆਂ ਨੂੰ ਖਿਡੌਣੇ ਇਸ ਟਾਈਮ ਦੇ ਰਹੇ ਨੇ। ਅਤੇ ਇਸ ਤੋਂ ਬਾਅਦ ਦੇਖ ਰਹੇ ਹਾਂ ਅਗਲਾ ਪ੍ਰੋਗਰਾਮ ਕੀ ਹੁੰਦਾ ਆ। ਓਏ ਚਾਹ ਆ ਚੁੱਕੀ, ਹੁਣ ਚਾਹ ਪੀ ਕੇ ਬੇਕ ਕੱਟਦੇ ਕੇਕ। ਕੇਕ ਕਟਿੰਗ ਠੀਕ ਹੈ ਜੀ, ਸਾਰਾ ਮੈਨੂੰ ਹੁਣ ਲੱਗੀ ਆ, ਅਤੇ ਬਣੇ ਰਹੋ ਵਲੌਗ 'ਚ ਦਿਖਾਉਂਦੇ ਹਾਂ।
ਪਿੱਛੇ ਚੱਲਦੇ ਆ ਪ੍ਰੋਗਰਾਮ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਉੱਥੇ ਜਾ ਕੇ ਦੇਖਦੇ ਆ ਹੁਣ ਅੱਗੇ ਕੀ ਕਰਨਾ। ਮਾਤਾ ਸ਼੍ਰੀ ਕੀ ਸੀਗਾ ਪ੍ਰੋਗਰਾਮ ਕੀ ਸੀ ਉਹ ਵੀ ਦੱਸ ਦਿਓ। ਇਹ ਸ਼੍ਰੀ ਕ੍ਰਿਸ਼ਨ ਜੀ ਰੱਖੇ ਹੋਏ ਸੀ ਇਹਨਾਂ ਨੇ ਲੰਦੇ ਹੋਏ ਆ ਤਾਂ ਹੁਣ ਅੱਜ ਸਾਲ ਦੇ ਹੋਏ ਆ ਤਾਂ ਇਹਨਾਂ ਨੇ ਬਹੁਤ ਅੱਛਾ ਬਰਥਡੇ ਮਨਾਇਆ ਉਹਨਾਂ ਦਾ। ਠੀਕ ਆ ਕ੍ਰਿਸ਼ਨ ਜੀ ਦਾ ਕੇਕ ਕੱਟਿਆ ਏ ਲੋਕਾਂ ਨੂੰ ਖਾਣ ਨੂੰ ਬਹੁਤ ਸੀ ਸਮੋਸੇ ਸਮਾਸੇ ਬੜੀਆਂ ਚੀਜ਼ਾਂ ਮਤਲਬ ਬਹੁਤ ਅੱਛਾ ਮਨਾਇਆ ਜਾਂਦਾ ਕ੍ਰਿਸ਼ਨ ਜੀ ਦਾ। ਠੀਕ ਅੱਜ ਸਾਲ ਦੇ ਹੋਏ ਆ। ਠੀਕ ਵੱਡੇ ਸੈਲੀਬ੍ਰੇਸ਼ਨ ਹੋ ਗਈ ਆ ਗਏ ਆਪਣੇ ਸ਼ਾਪ ਤੇ ਕੰਮ ਸੰਭਾਲ ਲਿਆ ਬੱਚੇ ਆਏ ਹੋਏ ਗੇਮ ਖੇਡਣ ਗੇਮ ਖੇਡਾ ਉਹ ਗੇਮ ਖੇਡਦਾ ਆ ਇੱਕ ਗੇਮ ਖੇਡਦਾ ਪਿਆ ਤੇ ਦੂਜਾ ਗੇਮ ਦੀ ਵੀਡੀਓ ਬਣਾਉਂਦਾ ਪਿਆ। ਵਾਹ ਤੁਹਾਡੇ ਸ਼ਾਬਾ ਤੁਹਾਡੇ। ਲਓ ਜੀ ਘਰ ਆ ਗਏ ਆ ਤੇ ਘਰ ਆ ਕੇ ਕੁਝ ਬਲੌਗ ਐਡਿਟ ਕਰ ਰਹੇ ਸੀ ਆਹੀ ਵੱਡੇ ਵਾਲਾ ਇਹਦੀ ਐਡੀਟਿੰਗ ਚੱਲਦੀ ਪਈ ਆ ਤੇ ਸਹਿਜ ਆ ਗਿਆ ਤੇ ਸਹਿਜ ਤੋਂ ਕੁਝ ਪੁੱਛਦੇ ਆ ਅੱਜ ਉਹਨਾਂ ਕੁਝ ਮਜ਼ਾਕ ਕਰੀਏ। ਸਹਿਜ ਵੱਡੇ ਤੇ ਮੈਂ ਤੁਹਾਨੂੰ ਟਿਊਸ਼ਨ ਤੇ ਲੈਣ ਆ ਲੱਗਾ ਸੀਗਾ ਜਾਣਾ ਨਹੀਂ ਸੀ ਤੂੰ ਵੱਡੇ ਤੇ ਮੰਮੀ ਤੋਂ ਪੁੱਛ ਲਿਆ ਨਹੀਂ ਲੈਣ ਆਉਂਦੇ ਤਾਂ ਜਾਣਾ ਸੀਗਾ ਵੱਡੇ ਤੇ ਕਿੰਨੇ ਟਾਈਮ ਲੇਟ ਹੋ ਗਿਆ ਪੂਰਾ ਘੰਟਾ ਇੱਕ ਘੰਟਾ ਨਹੀਂ ਲੇਟ ਹਾਂ ਤੁਹਾਡੀ ਟਿਊਸ਼ਨ ਜ਼ਰੂਰੀ ਸੀ ਕੱਲ੍ਹ ਨੂੰ ਇਗਜ਼ਾਮ ਹੈ ਨਾ ਅਤੇ ਲਓ ਜੀ ਉੰਨੀ ਦੇਰ ਗੱਲ ਕਰਦੇ ਕਰਦੇ ਆ ਚੁੱਕਾ ਡਿਨਰ ਅਤੇ ਹੁਣ ਕਰਦੇ ਹਾਂ ਡਿਨਰ ਜਾਂ ਕੋਈ ਗੱਲ ਸੁਣਾ ਕੋਈ ਸਕੂਲ ਦੀ ਸੁਣਾ ਜਾਂ ਕੋਈ ਉੱਦਾਂ ਸੁਣਾ ਕੋਈ ਜੋਕ ਚੱਲ ਜੋਕ ਦੱਸ ਆਪਨੇ ਨਾ ਇਸ ਸੈਂਟੈਂਸ ਨੂੰ ਬੋਲ ਕੇ ਦਿਖਾਣਾ ਪਿੱਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ ਪਿੱਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ ਪਿੱਤਲ ਕੇ ਪਤੀਲੇ ਮੇਂ ਪਪੀਤਾ ਪੀਲਾ ਪੀਲਾ ਇਸਕੋ ਤੇ ਤੇ ਬੋਲਣਾ ਹੈ पीतल के पतीले में पतीला पीला पीला पीपल के पतीले में पतीला पीला पीला पीतल के पतीले में पीला 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 आपने फर्स्ट टाइम गलत बोला पीपल के पतीले में पीता पीला पीला पीतल पी चल नेक्स्ट मैं हार गया। नेक्स्ट है थड़ी उत्ते लाल कौआ थड़ी उत्ते लाल कौआ थड़ी उत्ते लाल कौआ आंसर क्या है इसका थड़ी उत्ते लाल कौआ थड़ी उत्ते लाल कौआ इट पत्थर खा सकते है पत्थर खा सकते बता हम पानी पीते क्यों है प्यास लगती है नहीं क्योंकि मैं हम उस बताऊं, मैं बताऊं? नहीं हम पानी पी सकते हैं खा नहीं सकते क्योंकि हम पानी खा नहीं सकते। ये किस स्कूल में बनाया बच्चों के साथ हाँ। कोई और गाइस जो आपको ये चैनल बढ़िया लगा तो चैनल को लाइक शेयर सब्सक्राइब करना मत भूलना। आपके लिए मैं और बढ़िया से बढ़िया क्वेश्चंस लाऊंगा और आप वो कमेंट में बोलना आंसर उनके आप कमेंट नहीं देते कमेंट करा करो सब्सक्राइब करना भाई वो शाम।